ਦਰਸ਼ਕੋ, ਕਰਤਾਰਪੁਰ ਕੋਰੀਡੋਰ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਤੁਹਾਨੂੰ ਪਤਾ ਹੈਗਾ, ਪਿੱਛੇ ਜਿਹੜੇ ਕਰਤਾਰਪੁਰ ਕੋਰੀਡੋਰ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਸ਼ਰਧਾਲੂ ਗਏ ਸੀ, ਗੁਰਦਾਸਪੁਰ ਜ਼ਿਲ੍ਹੇ ਦੇ 4 ਸ਼ਰਧਾਲੂਆਂ ਤੋਂ IB ਦੀ ਇੰਸਟਰਕਸ਼ਨ 'ਤੇ ਪੁਲਿਸ ਦੁਆਰਾ ਪੁੱਛਗਿੱਛ ਕੀਤੀ ਗਈ ਸੀ, ਜਿਹਦੇ ਕਰਕੇ ਪੰਜਾਬ ਅਸੈਂਬਲੀ ਵਿੱਚ ਭਾਰੀ ਹੰਗਾਮਾ ਹੋਇਆ ਸੀ। ਵੱਖ ਵੱਖ ਪੋਲੀਟੀਕਲ ਲੀਡਰਾਂ ਨੇ ਇਹ ਕਿਹਾ ਸੀ ਇਹ ਮੰਦਭਾਗਾ ਇਵੈਂਟ ਹੈਗਾ। ਹੁਣ ਕੈਪਟਨ ਅਮਰਿੰਦਰ ਦਾ ਬਿਆਨ ਹੈਗਾ ਵੀ ਦੇਸ਼ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ IV ਨੂੰ ਜਿਹੜਾ ਹੈਗਾ ਕਿਤੇ ਵੀ ਜਿੱਥੇ ਡਾਊਟ ਪੈਂਦਾ ਹੈਗਾ ਉਹਨੂੰ ਪੁੱਛਣ ਦਾ ਅਧਿਕਾਰ ਹੈਗਾ। ਅਤੇ ਇਹਦੇ ਨਾਲ ਉਹਨਾਂ ਨੇ ਕਿਹਾ ਵੀ ਪੰਜਾਬ ਪੁਲਿਸ ਨੂੰ IV ਨਾਲ ਜਿਹੜਾ ਹੈਗਾ ਬਹੁਤ ਕਲੋਜ਼ ਰੈਪਰਟ ਰੱਖਣਾ ਚਾਹੀਦਾ ਤਾਂ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਇੰਸੀਡੈਂਸਿਸ ਨਾ ਹੋ ਸਕਣ। ਜਿਵੇਂ ਤੁਹਾਨੂੰ ਪਤਾ ਹੈਗਾ ਇਹ ਖਬਰ ਸੀ ਕਰਤਾਰਪੁਰ ਤੋਂ, ਪਰਤੇ ਸ਼ਰਧਾਲੂਆਂ ਦੀ ਥਾਣਿਆਂ ਵਿੱਚ ਪੁੱਛਗਿੱਛ ਵਿਰੁੱਧ ਸਦਨ ਵਿੱਚ ਭਾਰੀ ਹੰਗਾਮਾ। ਅਤੇ ਇਸ ਮਾਮਲੇ 'ਤੇ ਆਮ ਆਦਮੀ ਪਾਰਟੀ ਅਤੇ ਅਕਾਲੀ ਭਾਜਪਾ ਵਿਧਾਨਕਾਰਾਂ ਵੱਲੋਂ ਸਦਨ ਵਿੱਚੋਂ ਵਾਕਆਊਟ ਕੀਤਾ ਗਿਆ ਸੀ, ਇਹ ਤੁਸੀਂ ਦੇਖ ਰਹੇ ਹੋ। ਨਾਲ ਉਹਨਾਂ ਨੇ ਇਹ ਦੋਸ਼ ਲਾਏ ਸੀ ਵੀ ਕੈਪਟਨ ਸਰਕਾਰ ਦੀ ਜਦੋਂ ਦੀ ਆਈ ਹੈ ਇਹ ਪਰਫੋਰਮੈਂਸ ਠੀਕ ਨਹੀਂ। ਵਿਧਾਨ ਸਭਾ ਵਿੱਚ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਦਰਸ਼ਨ ਕਰਕੇ ਵਾਪਸ ਆਉਣ ਵਾਲੇ ਸ਼ਰਧਾਲੂਆਂ ਨੂੰ ਥਾਣਿਆਂ ਵਿੱਚ ਲਿਜਾ ਕੇ ਉਹਨਾਂ ਦੀ ਕੀਤੀ ਗਈ ਪੁੱਛਗਿੱਛ ਨੂੰ ਲੈ ਕੇ ਸਦਨ ਵਿੱਚ ਭਾਰੀ ਹੰਗਾਮਾ ਹੋਇਆ। ਇਹ ਮਾਮਲਾ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਚਰਨਜੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਬੈਂਸ ਵੱਲੋਂ ਸਿਫਰ ਕਾਲ ਦੌਰਾਨ ਜ਼ੋਰ ਨਾਲ ਉਠਾਇਆ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਤੋਂ ਉਸ ਵੇਲੇ ਹਾਜ਼ਰ ਨਹੀਂ ਸੀ। ਫਿਰ ਜਿਹੜਾ ਹੈਗਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਦਨ ਨੂੰ ਦੱਸਿਆ ਕਿ ਉਹਨਾਂ ਨੇ SSP ਨਾਲ ਗੱਲਬਾਤ ਕੀਤੀ, SHO ਨਾਲ ਵੀ ਗੱਲਬਾਤ ਕੀਤੀ ਵੀ ਕੇਂਦਰੀ ਏਜੰਸੀ ਸੈਂਟਰਲ ਇੰਟੈਲੀਜੈਂਸ ਬਿਊਰੋ ਦੇ ਅੰਮ੍ਰਿਤਸਰ ਸਥਿਤ ਦਫ਼ਤਰ ਦੀਆਂ ਇੰਸਟਰਕਸ਼ਨਾਂ 'ਤੇ ਪੁੱਛਗਿੱਛ ਕੀਤੀ ਸੀ। ਇਹ ਫਿਰ ਦੇਖੋ ਪੋਲੀਟੀਕਲ ਲੀਡਰਾਂ ਨੇ ਤਾਂ ਤੁਹਾਨੂੰ ਪਤਾ ਹੀ ਹੈਗਾ ਉਹਨਾਂ ਨੂੰ ਇੱਕ ਮੁੱਦਾ ਆਉਣਾ ਚਾਹੀਦਾ ਹੈਗਾ, ਜਿੱਥੇ ਵੀ ਓਪੋਜੀਸ਼ਨ ਦੀ ਸਰਕਾਰ ਹੈਗੀ ਆ, ਜਿੱਥੇ ਸਰਕਾਰ ਦੀ ਓਪੋਜੀਸ਼ਨ ਵਿੱਚ ਉਹਨਾਂ ਨੇ ਕੁਛ ਨਾ ਕੁਛ ਤਾਂ ਕਰਨਾ ਹੀ ਹੁੰਦਾ ਹੈਗਾ। ਹਰਪਾਲ ਸਿੰਘ ਚੀਮਾ ਨੇ ਕਿਹਾ ਵੀ ਪੁਲਿਸ ਮੁਖੀ ਦਿਨਕਰ ਗੁਪਤਾ 8 ਸਾਲ ਕੇਂਦਰੀ ਏਜੰਸੀ IB ਵਿੱਚ ਰਹੇ ਹਨ ਅਤੇ ਅੱਜ ਵੀ ਉਹਨਾਂ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਹੈਗੇ। ਉਹਨਾਂ ਨੇ ਮੰਗ ਕੀਤੀ ਗੁਰਦਾਸਪੁਰ ਦੇ ਪੁਲਿਸ ਮੁਖੀ ਅਤੇ ਸੰਬੰਧਿਤ SHO ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈਗੀ ਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਸਪਸ਼ਟ ਕੀਤਾ ਕੱਲ੍ਹ ਵੀ ਜਿਹੜਾ SSP ਅਤੇ ਕੰਸਰਨਡ SHO ਨੇ ਇਹ ਜਿਹੜੀ ਕਾਰਵਾਈ ਹੈਗੀ ਆ IV ਦੇ ਕਹਿਣ 'ਤੇ ਕੀਤੀ ਸੀ, ਕਿਉਂਕਿ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਜੇ ਕਿਤੇ ਵੀ ਕੋਈ ਡਾਊਟ ਹੈਗੀ ਕਿਸੇ ਵੀ ਏਜੰਸੀ ਵਿੱਚ ਉਹਨਾਂ ਨੂੰ ਕਲੀਅਰ ਕਰਨਾ ਬਹੁਤ ਜ਼ਰੂਰੀ ਹੈਗੀ। ਉਹਨਾਂ ਨੇ ਕਿਹਾ ਹੁਣ ਤੱਕ 51,000 ਸ਼ਰਧਾਲੂ ਜਾ ਚੁੱਕੇ ਹੈਗੇ ਆ ਔਰ ਭਵਿੱਖ ਵਿੱਚ ਵੀ ਕੋਈ ਇੱਦਾਂ ਦੀ ਪੈਨਿਕ ਹੋਣ ਵਾਲੀ ਕੋਈ ਗੱਲ ਨਹੀਂ। ਜਿੱਥੇ ਕਿਤੇ ਵੀ ਕੋਈ ਸੁਰੱਖਿਆ ਨਿਗਾਹ ਤੋਂ ਇਹਨਾਂ ਏਜੰਸੀਆਂ ਨੂੰ ਇਸ ਤਰ੍ਹਾਂ ਦੀ ਸਿਰਫ ਪੁੱਛਗਿੱਛ ਕਰਨ ਦਾ ਅਧਿਕਾਰ ਹੈ, ਇਹਦੇ 'ਤੇ ਵਿਰੋਧੀ ਧਿਰ ਨੂੰ ਇਸ ਤਰ੍ਹਾਂ ਦਾ ਇਹਨੂੰ ਕੋਈ ਇਸ਼ੂ ਨਹੀਂ ਬਣਾਉਣਾ ਚਾਹੀਦਾ ਹੈਗਾ। ਨਾ ਹੀ ਮੈਂ ਜਿਹੜੇ ਸ਼ਰਧਾਲੂ ਹੈਗੇ ਆ ਜਿਨ੍ਹਾਂ ਨੇ ਕਰਤਾਰਪੁਰ ਕੋਰੀਡੋਰ ਰਾਹੀਂ ਜਾਣਾ ਹੈਗਾ, ਜਿਨ੍ਹਾਂ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਕਿਸੇ ਗਲਤ ਅਨਸਰਾਂ ਨਾਲ ਲਿੰਕ ਨਹੀਂ, ਉਹਨਾਂ ਨੂੰ ਮੇਰੇ ਖਿਆਲ ਕੋਈ ਪੈਨਿਕ ਹੋਣੇ ਦੀ ਲੋੜ ਨਹੀਂ ਹੈਗੀ। ਬੜੇ ਮਜ਼ੇ ਨਾਲ ਤੁਸੀਂ ਜਾਓ, ਆਪਣੇ ਔਨਲਾਈਨ ਬੁਕਿੰਗ ਕਰਾ ਕੇ ਫੈਮਿਲੀ ਸਮੇਤ ਜਾਓ ਅਤੇ ਫਿਰ ਉੱਥੇ ਦਰਸ਼ਨ ਕਰਕੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਦਰਸ਼ਨ ਕਰਕੇ ਮੁੜ ਕੇ ਵਾਪਸ ਆ ਜਾਓ, ਕਿਉਂਕਿ ਤੁਸੀਂ ਉੱਥੇ ਜਿਹੜਾ ਹੈਗਾ ਬਾਬੇ ਨਾਨਕ ਦਾ ਜਿਹੜਾ ਇਹ ਸਥਾਨ ਹੈਗਾ ਜਿੱਥੇ ਬਾਬੇ ਨਾਨਕ ਨੇ 18 ਸਾਲ
ਆਪਣੀ ਜ਼ਿੰਦਗੀ ਦੇ ਕਿਰਤ ਕਰੋ, ਨਾਮ ਜਪੋ ਦੇ ਵੰਡ ਛਕੋ, ਪ੍ਰੈਕਟੀਕਲੀ ਕਰਕੇ ਦਿਖਾਇਆ ਹੈਗਾ। ਉਸ ਜਗ੍ਹਾ ਦੇ ਦਰਸ਼ਨ ਕਰਕੇ ਆਉਣੇ, ਹੋਰ ਕੋਈ ਪੈਨ ਖਾਉਣੇ ਦੀ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਆ। ਇਸ ਤਰ੍ਹਾਂ ਹੀ ਕੇਂਦਰੀ ਏਜੰਸੀ ਦੇ ਕਹਿਣ 'ਤੇ ਪੁਲਿਸ ਨੇ ਕੁਝ ਸ਼ਰਧਾਲੂਆਂ ਤੋਂ ਪੁੱਛਗਿੱਛ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈਗਾ, ਕੇਂਦਰੀ ਏਜੰਸੀ ਨਾਲ ਪੰਜਾਬ ਪੁਲਿਸ ਨੂੰ ਵੱਧ ਤਾਲਮੇਲ ਰੱਖਣਾ ਪਏਗਾ, ਜਿਹੜੇ ਨਹੀਂ ਰੱਖਣਗੇ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਏਗੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਮੈਂਬਰਾਂ ਵੱਲੋਂ ਕਰਤਾਰਪੁਰ ਲਾਂਘੇ 'ਤੇ ਜਾਣ ਵਾਲੇ ਸ਼ਰਧਾਲੂਆਂ ਦੀ ਕੇਂਦਰੀ ਏਜੰਸੀ ਵੱਲੋਂ ਪੁੱਛਗਿੱਛ ਦੇ ਸੰਬੰਧ ਵਿੱਚ ਕਿਹਾ ਕਿ ਦੇਸ਼ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਸ ਸੰਬੰਧ ਵਿੱਚ ਉਹਨਾਂ ਨੇ ਕਿਹਾ ਹੈਗਾ, ਜਿਹੜਾ ਕੰਸਰਨਡ SSP ਅਤੇ SHO ਨੇ ਕੁਛ ਸ਼ਰਧਾਲੂਆਂ ਨੂੰ ਪੁੱਛਿਆ ਸੀ, ਉਹ ਕੇਂਦਰੀ ਏਜੰਸੀ ਦੇ ਕਹਿਣ 'ਤੇ ਕਰਤਾਰਪੁਰ ਲਾਂਘੇ ਰਾਹੀਂ ਪਰਤਣ ਵਾਲੇ ਕੁਛ ਸ਼ਰਧਾਲੂਆਂ ਤੋਂ ਪੁੱਛਗਿੱਛ ਕੀਤੀ ਗਈ ਸੀ। ਮੈਂਬਰਾਂ ਦੇ ਤਿੱਖੇ ਵਿਰੋਧ ਦੇ ਬਾਵਜੂਦ ਵੀ ਪੁਲਿਸ ਦੀ ਕਾਰਵਾਈ ਦਾ ਸਪੱਸ਼ਟ ਤੌਰ 'ਤੇ ਪੱਖ ਪੂਰਦਿਆਂ ਮੁੱਖ ਮੰਤਰੀ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਗੁਰਦਾਸਪੁਰ ਪੁਲਿਸ ਨੇ IB ਨੂੰ ਸਹਿਯੋਗ ਨਾ ਦਿੱਤਾ ਹੁੰਦਾ ਤਾਂ ਉਹਨਾਂ ਪੁਲਿਸ ਕਾਰਵਾਈਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਸੀ। ਸਦਨ ਵਿੱਚ ਅੱਜ ਆਪ ਦੇ ਵਿਧਾਇਕ ਕੁਲਤਾਰ ਸਿੰਘ ਸਿੱਧਵਾਂ ਵੱਲੋਂ ਇਹ ਮੁੱਦਾ ਉਠਾਇਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 51,000 ਤੋਂ ਵੱਧ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਰਸਤੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਜਾ ਚੁੱਕੇ ਹੈਗੇ। ਆਮ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਹੈ। ਇਹ ਪਹਿਲੀ ਵਾਰੀ ਹੈ ਵੀ ਪੁੱਛਗਿੱਛ ਕੀਤੀ ਗਈ ਹੈਗੀ, ਕਿਉਂਕਿ ਕੇਂਦਰੀ ਏਜੰਸੀ ਵੱਲੋਂ ਕੁਝ ਸ਼ੰਕੇ ਜ਼ਾਹਰ ਕੀਤੇ ਗਏ ਸਨ ਅਤੇ ਜਿਹਦੇ 'ਤੇ ਸ਼ਰਧਾਲੂਆਂ ਦੀ ਪਛਾਣ ਕਰਕੇ ਉਹਨਾਂ ਨੂੰ ਯਕੀਨੀ ਬਣਾਉਣ ਲਈ ਮਦਦ ਮੰਗੀ ਸੀ। ਉਹਨਾਂ ਕਿਹਾ ਕਿ ਸੂਬਾ ਪੁਲਿਸ ਨੂੰ ਜਿਹੜਾ IB ਨਾਲ ਪ੍ਰੋਪਰ ਤਾਲਮੇਲ ਰੱਖਣਾ ਚਾਹੀਦਾ ਹੈਗਾ ਬਿਲਕੁਲ, ਤਾਂ ਕਿ ਉਹਨਾਂ ਨਾਲ ਕਲੋਜ਼ ਲਾਈਜ਼ਨਿੰਗ ਵਿੱਚ ਕੰਮ ਕਰ ਕੀਤਾ ਜਾ ਸਕੇ। ਇਨ ਜਨਰਲ ਮੁੱਖ ਮੰਤਰੀ ਨੇ ਕਿਹਾ ਕਿਸੇ ਵੀ ਸ਼ਰਧਾਲੂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ। ਅਤੇ ਬਹੁਤ ਸਾਰੇ ਪੋਲੀਟੀਕਲ ਲੀਡਰਾਂ ਨੇ ਹੋਰ ਵੀ ਉਹਨਾਂ ਨੂੰ DGP ਦੇ ਬਿਆਨਾਂ ਬਾਰੇ ਸਵਾਲ ਕੀਤੇ, ਜਿਨ੍ਹਾਂ 'ਤੇ ਮੁੱਖ ਮੰਤਰੀ ਸਾਹਿਬ ਨੇ ਕੋਈ ਜਵਾਬ ਨਹੀਂ ਦੇਣਾ ਸਮਝਿਆ ਹੈਗਾ। ਸੋ ਵਰਣਨਯੋਗ ਹੈ, ਬੀਤੇ ਦਿਨੀ ਵਿਧਾਨ ਸਭਾ ਵਿੱਚ ਸਮੁੱਚੇ ਵਿਰੋਧੀ ਧਿਰ ਵੱਲੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਪੁਲਿਸ ਵੱਲੋਂ ਤੰਗ ਪਰੇਸ਼ਾਨ ਕਰਨ ਵਿਰੁੱਧ ਭਾਰੀ ਹੰਗਾਮਾ ਕੀਤਾ ਗਿਆ ਸੀ। ਸਦਨ ਤੋਂ ਵਾਕਆਊਟ ਵੀ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਵਿਰੋਧੀ ਧਿਰ ਵੱਲੋਂ ਉਠਾਏ ਇਸ ਮੁੱਦੇ ਦਾ ਕੋਈ ਜਵਾਬ ਨਾ ਦਿੱਤਾ, ਤਾਂ ਕਿ ਅਮਨ ਕਾਨੂੰਨ ਸੂਬੇ ਦੇ ਅਧਿਕਾਰ ਖੇਤਰ ਵਿੱਚ ਹੈ, ਤਾਂ ਕੇਂਦਰੀ ਏਜੰਸੀ ਨੇ ਅਧਿਕਾਰੀ ਨੇ ਜ਼ਿਲ੍ਹਾ ਪੁਲਿਸ ਮੁਖੀ ਅਤੇ SHO ਨੂੰ ਸਿੱਧਾ ਪੱਤਰ ਲਿਖ ਕੇ ਕਿਵੇਂ ਐਕਸ਼ਨ ਲਿਆ ਜਾ ਸਕਦਾ ਹੈਗਾ। ਉਹਨਾਂ ਨੂੰ ਕੇਂਦਰੀ ਏਜੰਸੀ ਨੂੰ ਜਿਹੜਾ ਹੈਗਾ ਪੰਜਾਬ ਸਰਕਾਰ ਰਾਹੀਂ ਇਹ ਕਦਮ ਲੈਣਾ ਚਾਹੀਦਾ ਸੀ। ਚਲੋ ਦੇਖੋ, ਜੋ ਕੈਪਟਨ ਅਮਰਿੰਦਰ ਸਾਹਿਬ ਨੇ ਜਿਹੜਾ ਕਲੈਰੀਫਾਈ ਕੀਤਾ ਬਹੁਤ ਵੈਲਿਡ ਪੁਆਇੰਟ ਹੈ, ਦੇਸ਼ ਦੀ ਸੁਰੱਖਿਆ ਨਾਲ ਕਿਸੇ ਵੀ ਪੱਖੋਂ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈਗਾ। ਪਰ ਆਮ ਸ਼ਰਧਾਲੂਆਂ ਨੂੰ ਇਸ ਗੱਲੋਂ ਕੋਈ ਪੈਨਿਕ ਹੋਣ ਦੀ ਲੋੜ ਨਹੀਂ, ਸਿਰਫ ਜਿਨ੍ਹਾਂ ਦੇ ਕਿਸੇ ਤਰ੍ਹਾਂ ਦੇ ਕੋਈ ਗਲਤ ਅਨਸਰਾਂ ਨਾਲ ਕੋਈ ਇਸ ਤਰ੍ਹਾਂ ਦਾ ਲਿੰਕ ਨਹੀਂ ਹੈਗੀ, ਉਹ ਬੜੇ ਮਜ਼ੇ ਨਾਲ ਜਾਓ ਉੱਥੇ ਜਾ ਕੇ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਅਤੇ ਵਾਪਸ ਆ ਜਾਓ, ਕਿਉਂਕਿ ਸਾਡੇ ਜਿਹੜੇ ਸ਼ਰਧਾਲੂ ਆ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਉੱਥੇ ਜਾਂਦੇ। ਇਸ ਤਰ੍ਹਾਂ ਹੀ ਜਦੋਂ ਡੇਰਾ ਬਾਬਾ ਨਾਨਕ ਅਸੀਂ ਜਾਈਦਾ ਹੈਗਾ, ਸ਼ਰਧਾਲੂਆਂ ਨਾਲ ਗੱਲਬਾਤ ਕੀਤੀ, ਉਹਨਾਂ 'ਚ ਬਹੁਤ ਸ਼ਰਧਾ ਅਤੇ ਉਤਸ਼ਾਹ ਹੈ, ਬਹੁਤ ਸਾਰੇ ਜਾਣਾ ਚਾਹੁੰਦੇ, ਜਿਹੜੇ ਜਾ ਗਏ ਉਹ ਬਹੁਤ ਤਾਰੀਫ ਕਰ। ਬਾਪੂ ਜੀ ਸਤਿ ਸ਼੍ਰੀ ਅਕਾਲ, ਕੀ ਨਾਂ ਆਪਣਾ? ਗੁਰਦੀਪ ਸਿੰਘ। ਕਿੱਥੋਂ ਆਏ ਹੋ ਬਾਪੂ ਜੀ? ਬਾਰਡਰ ਵੇਖ ਕੇ ਜੀ। ਬਾਰਡਰ ਦੇਖ ਕੇ? ਪਿੰਡ ਸ਼ਹਿਰ ਕਿਹੜਾ ਤੁਹਾਡਾ? ਥੌੜਗੜ ਪਿੰਡ, ਫਤਿਹਗੜ੍ਹ ਚੂੜੀਆਂ ਲਾਗੇ ਚ ਥੌੜਗੜ੍ਹ। ਪਹਿਲੀ ਵਾਰੀ ਆਏ ਹੋ ਕੋਰੀਡੋਰ ਅੱਜ ਬਾਰਡਰ ਤੇ? ਜਿਉਂ ਬਣਿਆ ਵਾ ਉਦੋਂ ਪਹਿਲੀ ਵਾਰੀ। ਪਹਿਲੀ ਵਾਰੀ ਇਹਨਾਂ ਦੇ ਹੁੰਦੇ ਜਾਂਦੇ ਰਹੇ। ਅੱਛਾ, ਹੁਣ ਮਤਲਬ ਜਦੋਂ ਦਾ ਖੁੱਲਿਆ ਹੈਗਾ ਉਦੋਂ ਤੋਂ ਬਾਅਦ ਪਹਿਲੀ ਵਾਰੀ ਆਇਆ? ਕਿੱਦਾਂ ਮਨ ਖੁਸ਼ ਹੋ ਗਿਆ ਦੇਖ ਕੇ? ਪੂਰਾ ਮਨ ਖੁਸ਼ ਹੈ ਜੀ। ਦੂਰਬੀਨ ਰਾਹੀਂ ਵੀ ਦਰਸ਼ਨ ਹੋਏ? ਉਦਾਂ ਹੀ ਹੋ ਗਏ ਦਰਸ਼ਨ। ਅੱਜ ਤਾਂ ਮੌਸਮ ਸਾਫ ਹੈਗਾ। ਹਾਂ, ਮੌਸਮ ਸਾਫ ਹੈ। ਕੀ ਕੰਮ ਕਰ ਕੀ ਕਰਦੇ ਹੋ? ਵਾਈ ਜੱਤੀ ਕਰੀ। ਅੱਛਾ, ਕਿੰਨੀ ਕੁ ਜ਼ਮੀਨ ਹੈ? ਜ਼ਮੀਨ ਹੈਗੀ 15-16 ਕਿੱਲੇ। ਵਾਹ ਵਾਹ, ਫਿਰ ਤਾਂ ਅਮੀਰ ਆਦਮੀ। ਟੋਰ ਨਾ ਕਹੋ ਤੁਸੀਂ, 15-16 ਕਿੱਲੇ ਹੈ? ਹਾਂਜੀ ਹਾਂਜੀ। ਹਾਂ, 15-16 ਕਿੱਲੇ ਵਾਲਾ ਤਾਂ ਅਮੀਰ ਆਦਮੀ ਹੁੰਦਾ ਹੈਗਾ। ਕੀ ਬੀਜਦੇ ਹੋ ਫਿਰ ਇੱਥੇ? ਇੱਥੇ ਕਣਕ, ਝੋਨਾ। ਕਣਕ, ਝੋਨਾ। ਚਲੋ ਵਧੀਆ। ਪਾਸਪੋਰਟ ਬਣਿਆ ਕਿ ਨਹੀਂ ਤੁਹਾਡਾ ਪਹਿਲਾਂ ਦੱਸੋ? ਨਹੀਂ ਹੈ ਜੀ।
ਪਾਸਪੋਰਟ ਬਣਾਓ, ਤੁਹਾਨੂੰ ਪ੍ਰੋਸੀਜਰ ਦਾ ਪਤਾ ਲੱਗ ਗਿਆ ਹੋਣਾ ਨਾ, ਪਤਾ ਕਿ ਨਹੀਂ? ਪਤਾ ਨਹੀਂ, ਪਾਸਪੋਰਟ ਬਣਾਓ, ਪਾਸਪੋਰਟ ਬਣਾ ਕੇ ਕਿਸੇ ਕੰਪਿਊਟਰ ਵਾਲੇ ਨੂੰ ਕਹੋ ਇਹਦਾ ਉਹ ਆਨਲਾਈਨ ਅਪਲਾਈ ਕਰ ਦੇਵੇ, 10 ਦਿਨ ਬਾਅਦ ਡੇਟ ਆ ਜਾਣੀ ਹੈ, ਫਿਰ ਤੁਸੀਂ ਉਹ ਤੁਹਾਨੂੰ ਕੰਪਿਊਟਰ ਵਾਲੀ ਸਲਿੱਪ ਮਿਲ ਜਾਣੀ ਹੈ। ਇੱਥੇ ਆ ਜਾਓ ਸਵੇਰੇ ਅਤੇ ਇੱਥੇ 10 ਮਿੰਟ ਲੱਗਣੇ, ਫਿਰ ਉੱਧਰ ਪਾਕਿਸਤਾਨ ਵਾਲੀ ਸਾਈਡ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ। ਠੀਕ ਹੈ ਜੀ। ਹਾਂਜੀ, ਮਾਤਾ ਜੀ ਕੀ ਨਾਂ ਤੁਹਾਡਾ? ਅਵਿਨਾਸ਼ ਕੌਰ। ਕਿਵੇਂ ਕੋਰੀਡੋਰ ਇੱਥੇ ਬਾਰਡਰ ਤੇ ਪਹਿਲੀ ਵਾਰੀ ਆਏ ਹੋ? ਕਿਦਾਂ ਮਨ ਖੁਸ਼ ਹੋ ਗਿਆ ਕਿ ਨਹੀਂ? ਹਾਂਜੀ, ਬਹੁਤ ਵਧੀਆ। ਚਲੋ ਵਧੀਆ। ਉਧਰ ਜਾਣ ਦਾ ਮੂਡ ਬਣਾਇਆ ਕਿ ਨਹੀਂ ਅਜੇ? ਬਣਾਇਆ ਤਾਂ। ਪਾਸਪੋਰਟ ਨਹੀਂ ਹੈਗਾ? ਹਾਂਜੀ ਹਾਂਜੀ, ਪਾਸਪੋਰਟ ਬਣਾਓ। 15 ਕਿੱਲੇ ਦਾ ਇਹ ਅਮੀਰ ਆਦਮੀ ਆ? ਨਹੀਂ, ਅਮੀਰ ਵਾਲੀ ਤੇ ਕੋਈ ਗੱਲ ਨਹੀਂ, ਫੈਮਿਲੀ ਹੈ। ਠੀਕ ਹੈ, ਪਰਮਿਸ਼ਨ ਨੇ ਜੋ ਦਿੱਤਾ ਠੀਕ ਹੈ। ਚਲੋ ਚਲੋ, 15 ਏਕੜ ਦਾ ਇੱਥੇ ਮੈਂ ਇੰਟਰਵਿਊ ਕਰਦਾ ਜਿਨ੍ਹਾਂ ਵਿਚਾਰਿਆਂ 2-2 3-3 ਕਿੱਲੇ ਹੁੰਦੀ ਹੈ। ਹੋਰ ਬੱਚੇ ਤੁਹਾਡੇ ਸੈਟਲ ਹੋ ਗਏ, ਕੀ ਕਰਦੇ? ਹਾਂਜੀ, ਖੇਤੀਬਾੜੀ ਦਾ ਕਰਦੇ। ਖੇਤੀਬਾੜੀ ਦਾ, ਚਲੋ ਵਧੀਆ ਵਧੀਆ ਵਧੀਆ। ਹਾਂਜੀ ਮੈਡਮ, ਕੀ ਨਾਂ ਤੁਹਾਡਾ? ਕਰਮਜੀਤ ਕੌਰ। ਹਾਂ, ਕੀ ਕਰਦੇ ਹੋ ਤੁਸੀਂ ਮੈਡਮ? ਹਾਊਸਵਾਈਫ ਦਾ ਕੰਮ ਵੀ ਬੜਾ ਇੰਪੋਰਟੈਂਟ ਹੁੰਦਾ ਹੈਗਾ ਸਾਰੇ ਘਰ ਨੂੰ ਸੰਭਾਲਣਾ। ਅੱਜ ਕੋਰੀਡੋਰ ਪਹਿਲੀ ਵਾਰੀ ਆਏ ਤੁਸੀਂ, ਕਿੱਦਾਂ ਮਨ ਖੁਸ਼ ਹੋ ਗਿਆ? ਬਹੁਤ ਖੁਸ਼ ਹੈ। ਕੀ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ? ਬਹੁਤ ਵਧੀਆ ਬਣਾਇਆ ਇਹਨਾਂ ਨੇ, ਸਰਕਾਰ ਨੇ ਜੋ ਕੀਤਾ ਬਹੁਤ ਵਧੀਆ ਕੀਤਾ, ਬਹੁਤ ਵਧੀਆ ਕੀਤਾ ਜੀ। ਠੀਕ ਠੀਕ। ਹਾਂਜੀ, ਗੁਰਦੁਆਰੇ ਦੇ ਦਰਸ਼ਨ ਵਾਸਤੇ ਹਾਂਜੀ ਉਹਨਾਂ ਨੇ ਜੋ ਵੀ ਕੋਸ਼ਿਸ਼ ਕੀਤੀ। ਅੱਜ ਤਾਂ ਮੌਸਮ ਸਾਫ ਹੈ, ਗੁਰਦੁਆਰਾ ਸਾਹਿਬ ਵੈਸੇ ਦੇਖਦੇ ਹੋਣੇ ਹਨ। ਹਾਂਜੀ, ਅੱਛਾ, ਚਲੋ ਵਧੀਆ। ਫਿਰ ਤੁਹਾਡਾ ਵੀ ਪਾਸਪੋਰਟ ਬਣਿਆ ਕਿ ਨਹੀਂ? ਪਾਸਪੋਰਟ ਬਣਾਓ, ਪਾਸਪੋਰਟ ਵੀ ਅੱਜ ਕੱਲ੍ਹ 10-12-15 ਕੁ ਦਿਨ ਚ ਆ ਜਾਂਦਾ ਹੈਗਾ। ਫੇ ਇਹਨਾਂ ਬੱਚਿਆਂ ਦੇ ਵੀ ਬਣਾ ਲਓ ਇੱਕੋ ਵਾਰੀ, ਬਾਈ ਤੁਹਾਡੇ ਹੀ ਸਾਰੀ ਫੈਮਿਲੀ ਦੇ ਬੱਚੇ? ਚਲੋ ਵਧੀਆ ਵਧੀਆ, ਬਹੁਤ ਸੋਹਣਾ। ਹੋਰ ਇਹ ਤੁਹਾਡਾ ਇਲਾਕਾ ਵੀ ਡਿਵੈਲਪ ਹੋ ਜਾਏਗਾ ਇਹ ਜਿਹੜਾ ਕੋਰੀਡੋਰ ਖੋਲ੍ਹਣਾ। ਚਲੋ ਚਲੋ ਵਧੀਆ। ਸਰਕਾਰ ਨੂੰ ਚਾਹੀਦਾ ਹੋਣਾ ਜਿਹੜਾ ਥੋੜ੍ਹੀ ਬਹੁਤੀ ਬਿਹਤਰ ਰਹਿੰਦੀ ਹੈ ਇਹ ਵੀ ਕੱਢ ਦੇ। ਹਾਂਜੀ ਹਾਂਜੀ, ਦੁਨੀਆਂ ਆਪਸੇ ਚ ਮਿਲੇ। ਹਾਂਜੀ, ਜਿੱਦਾਂ ਪਰਮੇਸ਼ੁਰ ਨੇ, ਮਤਲਬ ਗੁਰੂ ਨਾਨਕ ਸਾਹਿਬ ਨੇ ਪਰਮੇਸ਼ੁਰ ਦੀ ਗੱਲ ਕੀਤੀ ਹੈ, ਪਰਮੇਸ਼ੁਰ ਦਾ ਤਾਂ ਹੀ ਮੇਲ ਹੈ ਜੇ ਸਾਰਾ। ਹਾਂ, ਦੋਨੋਂ ਲੋਕੀ ਇੱਕ ਆਪਸ ਵਿੱਚ ਮਿਲ ਜੁਲ, ਪਿਆਰ ਮੇਲ ਜੁਲ ਦੁਬਾਰਾ ਵਧੇ। ਚਲੋ ਇਹ ਹੁਣ ਕੋਰੀਡੋਰ ਤਾਂ ਖੋਲਿਆ, ਇਹ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦੀ ਦੋਸਤੀ ਹੋ ਜਾਏਗੀ। ਬਿਲਕੁਲ ਜੀ, ਬਿਲਕੁਲ। ਅੱਛਾ, ਚਲੋ ਵਧੀਆ। ਵੈਸੇ ਉਹ ਜਦੋਂ ਉੱਧਰ ਜਾਓਗੇ ਉਹ ਬੜਾ ਤੁਹਾਡਾ ਇੱਜ਼ਤ ਮਾਣ ਕਰਦੇ ਲੋਕੀ ਪਾਕਿਸਤਾਨ ਵਾਲੇ। ਹੈ, ਚੰਗਾ ਜੀ, ਬਾਪੂ ਜੀ ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਭਾਈ ਸਾਹਿਬ ਕੀ ਨਾਂ ਤੁਹਾਡਾ? ਮੇਰਾ ਨਾਮ ਰਮਨਜੀਤ ਸਿੰਘ। ਰਮਨਜੀਤ ਸਿੰਘ, ਹਾਂਜੀ। ਕਿੱਥੋਂ ਆਏ ਹੋ ਰਮਨਜੀਤ? ਦਿੱਲੀ ਤੋਂ ਸਰ। ਹੈਂ? ਦਿੱਲੀ ਤੋਂ। ਓ, ਬੜੀ ਦੂਰੋਂ ਆਏ ਹੋ ਦਿੱਲੀ ਤੋਂ। ਇੱਧਰ ਕੋਰੀਡੋਰ ਪਹਿਲੀ ਵਾਰੀ ਦੇਖਿਆ ਅੱਜ? ਨਹੀਂ ਨਹੀਂ, ਮੇਰੇ ਸਸੁਰਾਲ ਹੈਗੇ ਨੇ, ਮੈਂ ਆਉਂਦੇ ਹੀ ਰਹਿੰਦਾ ਵੈਸੇ। ਓ, ਸਸੁਰਾਲ ਕਿੱਥੇ ਹੈ ਤੁਹਾਡੇ? ਆਈ ਹੋ ਪੱਕੋ ਗੀਟਾਲੀ ਸਾਹਿਬ। ਇੱਥੇ ਲੱਗੀ ਹੈ ਕਿਤੇ? ਹਾਂਜੀ ਸਾਰੀ ਪਿਆਲੀ ਬਣ ਗਈ ਸਰਪੰਚ ਦੀ। ਸਸੁਰਾਲ ਵਾਲੇ ਸੇਵਾ ਵੀ ਕਰਦੇ ਚੰਗੀ ਤੁਹਾਡੀ? ਨਹੀਂ, ਕਰਦੇ ਪੂਰੀ ਸੇਵਾ ਕਰਦੇ ਨਾਲ ਹੀ ਸਸੁਰਾਲ ਹੈ। ਸਸੁਰਾਲ ਹੀ ਇਹ ਸੇਵਾ ਵੀ ਇਹਨਾਂ ਦੀ ਕਰਦੇ ਹੋ ਕਿ ਨਹੀਂ? ਭਰਾ, ਜਵਾਈਆਂ ਤੇ ਕਰਨੀ ਪੈਂਦੀ, ਛਿੱਤਰ ਮਾਰਨਾ ਜੋ ਮਰਜ਼ੀ ਕਰਨਾ ਤੇ ਸੇਵਾ ਤੇ ਕਰਨੀ, ਸੇਵਾ ਕਰਨੀ ਪੈਂਦੀ। ਧੀਆਂ ਦੇ ਬੂਨ ਕੀ ਖਿਲਾਉਂਦੇ ਪਿਲਾਉਂਦੇ ਪਹਿਲਾਂ ਦੱਸੋ। ਬਸ ਜੋ ਸੁੱਕੀ ਮਿੱਸੀ ਆਪ ਖਾਈ, ਨਹੀਂ ਅਸੀਂ ਨੰਬਰ ਨਹੀਂ ਬਣਾਉਂਦੇ ਫੋਕੇ। ਅੱਛਾ ਅੱਛਾ, ਹਾਂ ਨਹੀਂ ਨਹੀਂ ਇਹੋ ਹੀ ਆ। ਹਾਂਜੀ ਹਾਂਜੀ, ਜੋ ਰੁੱਖੀ ਮਿੱਸੀ ਆਪ ਖਾ ਉਹ ਜਵਾਈਆਂ ਨੂੰ ਖਿਲਾਉਂਦੇ। ਅੱਛਾ ਮਾਤਾ ਜੀ, ਕੋਰੀਡੋਰ ਆਏ ਅੱਜ ਤੁਸੀਂ ਇੱਥੇ ਬਾਰਡਰ ਤੇ, ਮਨ ਖੁਸ਼ ਹੋ ਗਿਆ? ਮੈਂ ਅਸੀਂ ਤੇ ਰਹਿੰਦੇ ਇੱਥੇ। ਅੱਛਾ, ਤੁਸੀਂ ਤੇ ਰਹਿੰਦੇ ਇੱਥੇ? ਹਾਂਜੀ, ਆ ਜਵਾਈ ਨਾ ਸਾਡਾ, ਲੜਕੀ ਸਾਡੀ। ਅੱਛਾ ਅੱਛਾ, ਆ ਪੋਤਰੇ ਪੋਤਰੇ। ਵਾਹ ਵਾਹ ਜੀ, ਵਾਹ ਵਾਹ। ਅੱਛਾ ਅੱਛਾ, ਇਹ ਫਿਰ ਪਾਸਪੋਰਟ ਬਣਿਆ ਕਿ ਨਹੀਂ ਤੁਹਾਡਾ? ਨਹੀਂ ਸਾਡਾ ਨਹੀਂ ਅਜੇ। ਆਪਣੇ ਜਵਾਈ ਨੂੰ ਕਹੋ ਤੁਹਾਡਾ ਪਾਸਪੋਰਟ ਵੀ ਬਣਾ ਦੇਣਾ ਹੈ ਦਿੱਲੀਓ। ਨਹੀਂ ਨਹੀਂ, ਇੱਥੇ ਬਣ ਜਾਣਾ। ਅੱਛਾ, ਮੈਂ ਚਾਹ ਇਹਦੇ ਕੋਲ ਪੈਸੇ ਲੈ ਲਓ 2000 ਰੁਪਏ। ਹਾਂ, ਨਹੀਂ ਬਥੇਰਾ ਦਿੰਦਾ ਆ ਮੈਂ, ਜਵਾਈ ਚੰਗੇ ਨੇ। ਹਾਂ, 1.5-2 ਹਜ਼ਾਰ ਲੱਗਣਾ ਪਾਸਪੋਰਟ ਬਣਾ ਕੇ, ਫਿਰ ਜਾ ਕੇ ਆਓ। ਅੱਛਾ ਜੀ, ਹਾਂਜੀ ਹਾਂਜੀ। ਤੇ ਦਿੱਲੀ ਉੱਥੇ ਕਿੱਥੇ ਰਹਿੰਦੇ ਹੋ ਤੁਸੀਂ? ਦਿੱਲੀ ਰਾਣੀ ਬਾਗ ਰਹਿੰਦੇ ਸਰ। ਰਾਣੀ, ਕੀ ਕੰਮ ਕਰਦੇ? ਏਸੀ ਦਾ ਕੰਮ ਹੈ। ਏਸੀ ਦਾ? ਹਾਂਜੀ, ਵੈਰੀ ਗੁੱਡ। ਦਿੱਲੀ ਏਸੀ ਦਾ ਕੰਮ ਤਾਂ ਬਹੁਤ ਅੱਛਾ, ਜ਼ਬਰਦਸਤ ਹੈ। ਮੈਡਮ ਤੁਹਾਡਾ ਨਾਂ ਕੀ ਆ? ਮੇਰਾ ਨਾਮ ਰਾਜਵਿੰਦਰ ਕੌਰ। ਰਾਜਵਿੰਦਰ ਕੌਰ, ਤੇ ਆਪਣੇ ਤੁਹਾਡੇ ਪੇਰੈਂਟਸ ਵੱਲ ਆ ਜਾਂਦੇ ਤੇ ਨਾਲ ਫਿਰ ਇੱਥੇ ਕਰਤਾਰਪੁਰ ਕੋਰੀਡੋਰ ਆ ਜਾਂਦੇ? ਹਾਂਜੀ ਹਾਂਜੀ, ਪੁੰਨ ਤੇ ਫਲੀਆਂ ਦੋਨੋਂ ਕੰਮ ਨਾਲ ਹੀ ਆ। ਚਲੋ, ਇਹ ਕੋਰੀਡੋਰ ਬਾਰੇ ਕੀ ਕਹਿਣਾ ਚਾਹੁੰਦੇ ਆ? ਬਹੁਤ ਅੱਛਾ ਬਣਿਆ ਆ, ਅੱਛੀ ਜੀ ਜੋ ਸੋਚ ਹੈ, ਵਧੀਆ ਸੋਚ ਹੈ। ਹਾਂਜੀ, ਕਾਫੀ ਟਾਈਮ ਤੋਂ ਛੋਟੇ ਹੁੰਦੇ ਖੇਡਦੇ ਰਹੇ ਇੱਥੇ ਆ ਕੇ, ਆ ਜਿਹੜਾ ਗੁਰਦੁਆਰਾ ਲਾਗੇ ਬਣਿਆ ਤੇ ਖੇਡਦੇ ਰਹੇ ਆ ਕੇ। ਓ ਅੱਛਾ ਅੱਛਾ, ਗੋਆ ਪੱਤਦੇ ਹੁੰਦੇ ਆ ਕੇ। ਓ ਅੱਛਾ ਅੱਛਾ, ਜਗ੍ਹਾ ਬਣੀ ਬਾਬੇ ਦੀ। ਹਾਂ, ਜਿੱਥੇ ਬਾਬੇ ਦੀ ਜਗ੍ਹਾ ਹੈ, ਬਿਲਕੁਲ ਬਾਰਡਰ ਦੇ ਨਾਲ ਵਾਲਾ ਹੈ। ਹਾਂਜੀ ਹਾਂਜੀ, ਇੱਥੇ ਹੁੰਦੇ ਰਹੇ ਛੋਟੇ ਹੁੰਦੇ। ਅੱਛਾ, ਚਲੋ ਵਧੀਆ, ਕਾਫੀ ਟਾਈਮ ਬਾਅਦ ਆਏ ਹਾਂ। ਅੱਛਾ ਅੱਛਾ, ਦੇਖਣ ਵਾਸਤੇ, ਸਪੈਸ਼ਲ ਦੇਖਣ ਵਾਸਤੇ ਆਏ। ਹੁਣੇ ਮਨ ਖੁਸ਼ ਹੋ ਗਿਆ, ਕਾਫੀ ਵਧੀਆ ਕੰਪਲੈਕਸ ਬਣਿਆ ਜਿਵੇਂ ਤੁਸੀਂ ਦੇਖਦੇ। ਚਲੋ, ਪਾਸਪੋਰਟ ਬਣਿਆ ਕਿ ਨਹੀਂ ਤੁਹਾਡਾ? ਨਹੀਂ ਬਣਵਾਉਣਾ, ਦੇਖ ਵਾਸਤੇ। ਪਾਸਪੋਰਟ ਬਣਾਓ ਤੇ ਫਿਰ ਜਾਓ ਤੁਸੀਂ ਉੱਧਰ। ਹੈ, ਥੈਂਕ ਯੂ। ਆਧਾਰ ਕਾਰਡ ਤੇ ਜਾਂਦਾ ਨਹੀਂ? ਨਹੀਂ, ਆਧਾਰ ਕਾਰਡ ਤੇ ਨਹੀਂ ਮਾਤਾ ਜੀ ਜਾ ਹੁੰਦਾ ਅਜੇ। ਮੇਰੀ ਗੱਲ ਮੰਨ ਨਹੀਂ ਰਹੀ ਸੀ, ਮੈਂ ਕਿਹਾ ਪਾਸਪੋਰਟ। ਨਹੀਂ ਨਹੀਂ, ਪਾਸਪੋਰਟ ਬਣਾਓ ਤੇ ਉੱਥੇ ਜਾਓ। ਹੈ, ਥੈਂਕ ਯੂ ਥੈਂਕ ਯੂ ਥੈਂਕ ਯੂ।
ਹਾਂਜੀ ਭਾਈ ਸਾਹਿਬ ਹੋਰ ਅੱਗੇ ਦੱਸੋ ਕਿਵੇਂ ਤਜਰਬਾ ਰਿਹਾ? ਬਹੁਤ ਵਧੀਆ ਬੰਦੇ ਆ ਜੀ, ਮਿਲਣਸਾਰ ਲੋਕ ਨੇ। ਅੱਛਾ ਜੀ, ਬਹੁਤ ਖੁਸ਼ ਹੋਏ ਉਹ, ਅਸੀਂ ਵੀ ਖੁਸ਼ ਹੋਏ ਮਿਲ ਕੇ। ਅੱਛਾ, ਉਹ ਖੁਦ ਇੰਨਾ ਉਹ ਕਹਿੰਦੇ ਨੇ ਲਾਂਘਾ ਖੁੱਲਾ ਨਾਲ ਸਾਨੂੰ ਖੁਸ਼ੀ ਹੈ, ਮਨ ਮਿਟਾਵ ਸੀ ਜਿਹੜਾ ਉਹ ਵੀ ਦੂਰ ਹੋਇਆ। ਅੱਛਾ, ਬਹੁਤ ਪਿਆਰੇ ਦਰਸ਼ਨ ਹੋਏ ਜੀ ਉਹਨਾਂ ਨੇ, ਕੋਪਰੇਟ ਬਹੁਤ ਕੀਤਾ ਸਾਨੂੰ। ਅੱਛਾ, ਸੇਵਾ ਪਾਣੀ ਲੰਗਰ ਬਹੁਤ ਵਧੀਆ ਸੀਗਾ ਜੀ, ਸਾਫ਼ ਸਫਾਈ ਹਰ ਚੋਂ ਬਹੁਤ ਵਧੀਆ। ਸਾਡਾ ਦਿਲ ਕਰਦਾ ਸੀ ਵਾਰ ਵਾਰ ਜਾਈਏ, ਜਿਹੜੇ ਨਹੀਂ ਗਏ ਅਸੀਂ ਉਹਨਾਂ ਨੂੰ ਅਰਦਾਸ ਕਰਨਾ ਜੀ ਜਲਦੀ ਜਾਓ ਦਰਸ਼ਨ ਕਰੋ। ਤੇ ਹੋਰ ਉੱਥੇ ਗੁਰਦੁਆਰਾ ਸਾਹਿਬ 'ਚ ਕਿਹੜੇ ਕਿਹੜੇ ਚੀਜ਼ਾਂ ਦੇ ਦਰਸ਼ਨ ਕੀਤੇ ਤੁਸੀਂ? ਦਰਸ਼ਨ ਹੋਏ ਨੇ ਜਿੱਥੇ ਚਾਦਰ ਦੀ ਫੁੱਲ ਦੀ ਅੱਛਾ ਦਫਨਾਇਆ ਸੀ ਤੇ ਸੰਸਕਾਰ ਕੀਤਾ ਉਹਨਾਂ ਨੇ, ਜਿਹੜਾ ਉਹ ਵਾਲੀ ਮਜ਼ਾਰ ਜਿਹੜੀ ਹੈਗੀ। ਹਾਂਜੀ, ਉਹ ਨਾਲ ਹੀ ਹੈ ਬਿਲਕੁਲ। ਅੱਛਾ, ਅੰਦਰ ਬਾਹਰ ਦਾ ਫਰਕ ਹੈ ਬਸ। ਅੱਛਾ, ਅੰਦਰ ਗੁਰਦੁਆਰਾ ਸਾਹਿਬ ਹੈ ਤੇ ਬਾਹਰ ਉਹ ਮਜ਼ਾਰ ਹੈ ਜੀ। ਅੱਛਾ, ਮਜ਼ਾਰ ਤੇ ਵੀ ਗਏ ਸੀ? ਹਾਂਜੀ, ਬਸ ਨਾਲ ਹੀ ਹੈ ਜੀ, ਉਹ ਐਂਟਰੀ ਤੇ ਹੀ ਹੈ ਜੀ, ਗੁਰਦੁਆਰਾ ਸਾਹਿਬ ਦੀ ਐਂਟਰੀ ਤੇ। ਬਾਬੇ ਨਾਨਕ ਦਾ ਜਿਹੜਾ ਟਿੰਡਾ ਵਾਲਾ ਖੂਹ ਸੀ ਉੱਥੇ ਵੀ ਗਏ? ਹਾਂਜੀ, ਉਹ ਨਾਲ ਹੀ ਹੈ ਜੀ, ਬਿਲਕੁਲ ਨਾਲ। ਹਾਂਜੀ। ਅੱਛਾ, ਚਲੋ ਹੁਣ ਆਪਣੇ ਇੱਕ ਸ਼ਰਧਾਲੂਆਂ ਨੂੰ ਡਾਊਟ ਆ ਵੀ ਪਾਸਪੋਰਟ ਤੇ ਸਟੈਂਪ ਲੱਗਦੀ ਜਾਂ ਨਹੀਂ ਲੱਗਦੀ? ਨਹੀਂ ਜੀ, ਕੋਈ ਸਟੈਂਪ ਨਹੀਂ ਲੱਗਦੀ, ਕੋਈ ਕੁਝ ਨਹੀਂ। ਅੱਛਾ, ਐਸੀ ਕੋਈ ਗੱਲ ਨਹੀਂ ਹੈਗੀ। ਹੁਣ ਅਸੀਂ ਆਈਡੈਂਟੀ ਕਾਰਡ ਦੇਖਣ ਲਈ ਸਿਰਫ ਇੱਕ ਉਹ ਲਿੱਤਾ ਜੀ ਉਹਨਾਂ ਨੇ। ਅੱਛਾ, ਹਾਂਜੀ, ਬਤੌਰ ਆਈਡੈਂਟੀ। ਹਾਂਜੀ ਹਾਂਜੀ, ਬਸ। ਤੇ ਉੱਥੋਂ ਫਿਰ ਵਾਪਸ ਕਿੰਨੇ ਕੁ ਵਜੇ ਚੱਲੇ ਸੀ? ਵਾਪਸ ਉਹਨਾਂ ਦੀ 5 ਵਜੇ ਐਂਟਰੀ ਵਾਪਸ ਆਉਣ ਦੀ ਹੈ ਜੀ। ਤੁਸੀਂ ਕਿੰਨੇ ਕੁ ਵਜੇ ਚੱਲੇ ਸੀ? 5 ਵਜੇ। 5 ਕੁ ਵਜੇ ਚੱਲੇ? ਹਾਂਜੀ ਹਾਂਜੀ ਹਾਂਜੀ। ਚਲੋ ਹੁਣ ਤੁਸੀਂ ਇਹਦੇ ਨਾਲ ਦੋਨੋਂ ਦੇਸ਼ਾਂ ਦੀ, ਪਾਕਿਸਤਾਨ ਤੇ ਪੰਜਾਬ ਜਾਂ ਇੰਡੀਆ ਦੀ ਦੋਸਤੀ ਹੋ ਸਕਦੀ, ਲਾਂਘਾ ਖੁੱਲਣ ਹੋ ਸਕਦੀ ਹੈ ਜੀ? ਅੱਛਾ, ਖੁਸ਼ ਨੇ ਸਾਰੇ, ਅਸੀਂ ਵੀ ਖੁਸ਼ ਹਾਂ, ਉਹ ਵੀ ਖੁਸ਼ ਨੇ, ਬਹੁਤ। ਹਾਂਜੀ, ਕੋਈ ਮਨ ਮੁਟਾਵ ਹੀ ਨਹੀਂ ਹੈਗਾ, ਬਹੁਤ। ਹਾਂਜੀ ਹਾਂਜੀ। ਹਰਿਆਣੇ ਦੇ ਸਿੱਖਾਂ ਵਿੱਚ ਕਿੰਨਾ ਕੁ ਉਤਸ਼ਾਹ ਹੈਗਾ ਇੱਧਰ ਆਉਣ ਲਈ ਕੋਰੀਡੋਰ? ਬਹੁਤ ਹੈ ਜੀ, ਸਿੱਖ ਹਰਿਆਣੇ ਦਾ, ਪੰਜਾਬ ਦਾ, ਜਿੱਥੋਂ ਦਾ ਵੀ ਹੈ, ਭਾਵੇਂ ਉਹ ਯੂਪੀ ਦਾ, ਭਾਵੇਂ ਜਿੱਥੋਂ ਦਾ ਵੀ, ਪਿਆਰ ਦਾ ਸਭ ਵਿੱਚ ਹੀ ਹੈਗਾ ਜੀ। ਉਹ ਸਭ ਚਾਹੁੰਦੇ ਨੇ ਕਿ ਬਾਬਾ ਜੀ ਦੇ ਦਰਸ਼ਨ ਹੋਣ, ਉਹਦੇ ਖੁਸ਼ ਨੇ ਜੀ, ਸਿੱਖ ਕੌਮ ਤੇ ਵੈਸੇ ਹੀ ਖੁਸ਼ ਹੈ। ਵਾਹ ਵਾਹ, ਉਹਦੇ ਸਾਰੇ ਸਿੱਖ ਕੌਮ ਨੂੰ ਛੱਡ ਕੇ ਹੋਰ ਪੰਜਾਬੀ ਜਿਹੜੇ ਹੈਗੇ ਨੇ ਸਾਡੇ, ਜਿਹੜੇ ਸਾਡੇ ਟੱਚ 'ਚ ਨੇ, ਜਿਹੜੇ ਬਾਬਾ ਜੀ ਦੇ ਜਾਣਦੇ ਨੇ, ਜਿਹਨੂੰ ਧਿਆਉਂਦੇ ਨੇ, ਉਹ ਵੀ ਜਾਣਾ ਚਾਹੁੰਦੇ ਨੇ, ਆਉਣਾ ਚਾਹੁੰਦੇ ਨੇ ਜੀ ਇੱਧਰ। ਉਹਦਾ ਕੰਮ ਕਰ ਕੀ ਕਰਦੇ ਤੁਸੀਂ? ਹਾਂਜੀ, ਲੱਕੜ ਦਾ ਕੰਮ ਹੈ ਜੀ। ਵੈਰੀ ਗੁੱਡ, ਬਿਜ਼ਨਸ ਹੈ ਆਪਣਾ? ਹਾਂਜੀ, ਬਿਜ਼ਨਸ ਹੈ ਜੀ ਆਪਣਾ। ਚਲੋ, ਬਹੁਤ ਵਧੀਆ, ਸ਼ਾਬਾਸ਼, ਵੈਰੀ ਗੁੱਡ। ਹਾਂਜੀ, ਤੁਹਾਡਾ ਨਾਂ ਕੀ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂ, ਤੁਸੀਂ ਦੱਸੋ ਆਪਣੇ ਤਜਰਬੇ। ਮੇਰਾ ਤਜਰਬਾ ਇਹ ਹੈ ਜੀ, ਰੂਹ ਖੁਸ਼ ਹੋ ਗਈ ਜੀ ਉੱਥੇ ਜਾ ਕੇ, ਜੀਵਨ ਸਫਲ ਹੋ ਗਿਆ ਜੀ ਉੱਥੇ ਜਾ ਕੇ ਬਾਬਾ ਜੀ ਦੇ ਦਰਸ਼ਨ ਕਰਕੇ ਜੀ। ਵਾਹ ਵਾਹ ਵਾਹ, ਬਹੁਤ ਬਹੁਤ ਪਿਆਰ ਮਿਲਿਆ ਉੱਥੇ ਦੀ ਸੰਗਤਾਂ ਨੂੰ। ਅੱਛਾ, ਬਹੁਤ ਬਹੁਤ ਸ਼ੁਕਰਾਨਾ ਜੀ ਆਪਣਾ, ਕੀ ਨਾਮ ਹੈ, ਭਾਰਤ ਸਰਕਾਰ ਦਾ ਤੇ ਪਾਕਿਸਤਾਨ ਸਰਕਾਰ ਦਾ, ਜਿਹਨੇ ਸਾਨੂੰ ਦਰਸ਼ਨ ਕਰਾਏ ਜੀ, ਬਹੁਤ ਬਹੁਤ ਸ਼ੁਕਰਾਨਾ ਜੀ। ਅਜੇ ਤਾਂ ਬੱਚੇ, ਤੁਹਾਡੀ ਉਮਰ ਬੜੀ ਛੋਟੀ ਲੱਗਦੀ ਹੈ, ਕੀ ਕੰਮ ਕਰ ਕਰਦੇ ਤੁਸੀਂ? ਬਿਜ਼ਨਸ ਹੈ ਜੀ ਆਪਣਾ ਜੀ, ਆਰੇ ਦੀ, ਆਰੇ ਨੇ ਜੀ ਆਪਣੇ। ਓ ਵੈਰੀ ਗੁੱਡ। ਅੱਛਾ, ਪੜ੍ਹਾਈ ਕਿੰਨੀ ਕੀਤੀ ਸੀ? ਬੀਏ ਕੀਤੀ ਹੈ ਜੀ। ਅੱਛਾ, ਬੀਏ ਕਰਨ ਤੋਂ ਬਾਅਦ ਆਪਣਾ ਬਿਜ਼ਨਸ ਕਰਦੇ? ਹਾਂਜੀ। ਇਹ ਫਿਰ ਤੁਹਾਡੇ ਮਨ 'ਤੇ ਆਈਡੀਆ ਕਿਵੇਂ ਆਇਆ ਸੀ ਵੀ ਸਾਨੂੰ ਜਿਹੜਾ ਹੈਗਾ ਦਰਸ਼ਨ ਕਰਨੇ ਚਾਹੀਦੇ ਹੈ? ਆਈਡੀਆ ਕੀ ਬਸ ਜੀ, ਸਰਕਾਰ ਵੱਲੋਂ ਉਪਰਾਲਾ ਹੋਇਆ ਕਿ ਦਰਸ਼ਨ ਕਰ ਸਕਦੇ ਹੋ, ਅਸੀਂ ਆਨਲਾਈਨ ਰਜਿਸਟ੍ਰੇਸ਼ਨ ਕਰਾਇਆ ਆਪਣਾ ਤੇ ਦਰਸ਼ਨ ਕਰਕੇ ਆਏ ਜੀ ਬਾਬਾ ਜੀ ਦੇ। ਬਹੁਤ ਵਧੀਆ। ਚਲੋ, ਇਹ ਹੁਣ ਸਾਡੇ, ਤੁਸੀਂ ਪੰਜਾਬ ਦੇ ਲੋਕਾਂ ਨੂੰ, ਇੰਡੀਆ ਦੇ ਜਿਹੜੇ ਸਿੱਖ ਆ ਜਾਂ ਜਿਹੜੇ ਵਰਲਡ ਦੇ, ਸਾਡਾ ਸਾਰੇ ਪੂਰੇ ਵਰਲਡ ਵਿੱਚ ਦੇਖਦੇ ਹੈਗੇ, ਉਹਨਾਂ ਨੂੰ ਇੱਕ ਸੁਨੇਹਾ ਦਿਓ ਵੀ ਉਹ ਲਾਂਘੇ ਤੇ ਕਿਵੇਂ ਜਾ ਸਕਦੇ? ਬਿਲਕੁਲ ਜੀ, ਬਿਲਕੁਲ ਜੀ, ਸਾਰੇ ਲਈ ਇਹ ਸੁਨੇਹਾ ਮੇਰੇ ਵੀਰਾਂ ਭੈਣਾਂ ਲਈ ਕਿ ਆਨਲਾਈਨ ਰਜਿਸਟ੍ਰੇਸ਼ਨ ਕਰਾਓ, ਪਾਸਪੋਰਟ ਸਿਰਫ ਤੁਹਾਡਾ ਐਜ਼ ਅ ਆਈਡੈਂਟੀ ਪ੍ਰੂਫ ਲੈਂਦੇ ਨੇ, ਕੋਈ ਸਟੈਂਪ ਵਗੈਰਾ ਸਟੈਂਪ ਨਹੀਂ ਲਗਾਉਂਦੇ ਜੀ, ਸਿਰਫ ETS ਫਾਰਮ ਹੈ ਤੁਹਾਡਾ, ਉਹਦੇ 'ਚ ਸਟੈਂਪ ਲੱਗੇਗੀ, ਪਰ ਤੁਹਾਡੇ ਕੋਈ ਪਾਸਪੋਰਟ ਦੇ ਸਟੈਂਪ ਨਹੀਂ ਲੱਗੇਗੀ। ਬਹੁਤ ਆਸਾਨੀ ਨਾਲ ਤੁਸੀਂ ਜਾ ਸਕਦੇ ਹੋ, ਬਹੁਤ ਆਸਾਨੀ ਨਾਲ ਵਾਪਿਸ ਆ ਸਕਦੇ ਹੋ, ਕੋਈ ਦਿੱਕਤ ਨਹੀਂ ਹੈਗੀ। ਇੱਕ ਪੰਜਾਬ ਦੇ ਲੋਕੀ ਡਰਦੇ ਰਹਿੰਦੇ ਜੇ ਪਾਸਪੋਰਟ ਪਾਕਿਸਤਾਨ ਦੀ ਸਟੈਂਪ ਲੱਗ ਗਈ, ਅਮਰੀਕਾ ਕੈਨੇਡਾ ਦੇ ਵੀਜ਼ੇ ਨਹੀਂ ਮਿਲਣੇ। ਨਹੀਂ, ਕੋਈ ਸਟੈਂਪ ਨਹੀਂ ਹੈਗੀ ਜੀ, ਬਿਲਕੁਲ ਕਲੀਅਰ, ਕੋਈ ਸਟੈਂਪ ਨਹੀਂ ਹੈਗੀ। ਚਲੋ, ਸ਼ਾਬਾਸ਼, ਵੈਰੀ ਗੁੱਡ। ਹਾਂ ਬਈ ਨਿੱਕੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਬੱਚੇ ਆਪਣਾ? ਜੀ ਰਮਨੀਕ ਸਿੰਘ। ਰਮਨੀਸ਼, ਹਾਂਜੀ। ਤੇ ਇਹ ਦੋ ਭਾਈ ਸਾਹਿਬ ਸੀ, ਇਹਨਾਂ ਦੇ ਕੀ ਲੱਗਦੇ ਹੋ? ਜੀ, ਵੱਡੇ ਵਾਲੇ ਮੇਰੇ ਚਾਚਾ ਜੀ ਨੇ ਤੇ ਉਹ ਮੇਰਾ ਵੱਡਾ ਭਰਾ ਹੈ ਜੀ। ਵਾਹ ਵਾਹ ਵਾਹ, ਸ਼ਾਬਾਸ਼। ਬੱਚੇ ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? ਜੀ ਮੈਂ MBA ਕੀਤੀ ਹੈ। MBA ਕਰ ਵੀ ਲਈ? ਹਾਂਜੀ। ਤੂੰ ਤਾਂ ਅਜੇ ਬੱਚਾ ਲੱਗਦਾ ਯਾਰ ਮੈਨੂੰ, 7ਵੀਂ 8ਵੀਂ ਕਲਾਸ ਦਾ। ਜੀ ਨਹੀਂ ਜੀ, ਮੈਂ MBA ਕੰਪਲੀਟ ਕਰ ਲਈ ਜੀ। MBA, ਉਮਰ ਕਿੰਨੀ ਕੀ ਹੈ ਬੱਚੇ ਤੇਰੀ? ਜੀ 24। ਰੋਟੀ ਰੋਟੀ ਨਹੀਂ ਖਾਂਦਾ ਤੂੰ? ਜੀ ਐਵੇਂ ਦੀ ਕੋਈ ਗੱਲ ਨਹੀਂ ਹੈ ਜੀ। ਹੈਂ? ਰੋਟੀ ਖਾਂਦੇ ਹਾਂ ਜੀ। ਕਿੰਨੀ ਖਾਣਾ ਹੁਣ ਦੱਸ ਦੇ ਜੀ, ਆਪਣੀ ਡਾਈਟ ਪੱਕੀ ਹੈ ਜੀ। MBA ਕਿੱਥੋਂ ਕੀਤੀ ਪਹਿਲਾਂ ਦੱਸ? ਜੀ ਹਰਿਆਣਾ ਰੋਹਤਕ ਤੋਂ ਕੀਤੀ ਹੈ ਜੀ। ਕਿਹੜੇ ਸਾਲ 'ਚ ਕੀਤੀ ਹੈ? ਜੀ 2019 'ਚ ਕੀਤੀ ਹੈ ਮੈਂ ਕੰਪਲੀਟ। ਹੁਣ ਫਿਰ ਕੀ ਕਰਨ ਦਾ ਇਰਾਦਾ MBA? ਜੀ ਮੈਂ ਐਜ਼ ਆ ਜੋਬ ਕਰ ਰਿਹਾ ਜੀ। ਜੋਬ ਵੀ ਸ਼ੁਰੂ ਕਰ ਦਿੱਤੀ? ਹਾਂਜੀ ਹਾਂਜੀ। ਕਿੱਥੇ? ਜੀ ਪਾਣੀਪਤ 'ਚ ਜੋਬ ਕਰ ਰਿਹਾ। ਕਿਹੜੇ ਮਹਿਕਮੇ 'ਚ? ਜੀ HR ਐਗਜ਼ੀਕਿਊਟਿਵ।
ਮਨ ਚ ਕਿਵੇਂ ਆਇਆ ਸੀ ਵੀ ਅਸੀਂ ਕੋਰੀਡੋਰ ਜਾਈਏ ਕਰਤਾਰਪੁਰ ਸਾਹਿਬ ਜਾਈਏ ਜੀ? ਜਦੋਂ ਸਾਨੂੰ ਪਤਾ ਲੱਗਿਆ ਕਿ ਸਰਕਾਰ ਨੇ ਲਾਂਘਾ ਖੋਲ ਦਿੱਤਾ ਜੀ, ਹਾਂਜੀ, ਫਿਰ ਅਸੀਂ ਸਾਰੀ ਪਰਿਵਾਰ ਨੇ ਪਲਾਨ ਬਣਾਇਆ ਜੀ ਕਿ ਅਸੀਂ ਜਾਈਏ ਗੁਰੂ ਸਾਹਿਬ ਦੇ ਦਰਸ਼ਨ ਕਰੀਏ, ਤੇ 72 ਸਾਲ ਅਸੀਂ ਸੁਣਿਆ ਕਿ 72 ਸਾਲ ਲੱਗ ਗਏ ਕਿ ਲਾਂਘਾ ਖੁੱਲੇ, ਤੇ ਹੁਣ ਖੁੱਲਿਆ ਤੇ ਸਾਨੂੰ ਬਹੁਤ ਖੁਸ਼ੀ ਹੋਈ। ਸਰਕਾਰ ਨੂੰ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਪਾਕਿਸਤਾਨੀ ਸਰਕਾਰ ਨੂੰ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਸਨਮਾਨ ਨਾਲ ਬੁਲਾਇਆ ਤੇ ਬਹੁਤ ਬਹੁਤ ਪਿਆਰ ਦਿੱਤਾ ਉਹਨਾਂ ਨੇ, ਬਹੁਤ ਮਿਲਣਸਾਰ ਲੋਕ ਨੇ ਜੀ। ਜ਼ਰੂਰ ਜਾਓ, ਸਾਡੀ ਵਿਸ਼ ਇਹੀ ਹੈ ਕਿ ਹਰ ਹਿੰਦੁਸਤਾਨੀ, ਸਿੱਖ ਹੋਵੇ ਚਾਹੇ ਪੰਜਾਬੀ ਹੋਵੇ ਚਾਹੇ ਹਿੰਦੁਸਤਾਨੀ ਹੋਵੇ, ਜ਼ਰੂਰ ਜਾ ਕੇ ਆਏ। ਇਹਦੇ ਨਾਲ ਉਹਨਾਂ ਦਾ ਪਿਆਰ ਵਧੇਗਾ ਅਤੇ ਨਫ਼ਰਤ ਜ਼ਰੂਰ ਘਟੇਗੀ ਜੀ। ਬੱਚੇ, ਮੈਨੂੰ ਵਾਕਿਆ ਬਹੁਤ ਖੁਸ਼ੀ ਹੋਈ, ਇੰਨੀ ਛੋਟੀ ਉਮਰ ਵਿੱਚ ਤੂੰ MBA ਵੀ ਕਰ ਲਏ, ਜਦਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਤੇਰੇ ਵਾਲੇ ਏਜ ਗਰੁੱਪ 'ਚ ਨਸ਼ੇ ਬੱਚੇ ਕਰਦੇ, ਪੰਜਾਬ ਦੇ ਨੌਜਵਾਨਾਂ ਨੂੰ ਵੀ ਕੋਈ ਸੁਨੇਹਾ ਦੇ ਨਸ਼ੇ ਨਾ ਕਰਨ ਜੀ? ਮੇਰੇ ਵੱਲੋਂ ਇਹੀ ਸੁਨੇਹਾ ਜੀ, ਆਪਣੀ ਸਿਹਤ ਨੂੰ ਵਧੀਆ ਰੱਖੋ ਜੀ, ਹਾਂਜੀ, ਕਿਉਂਕਿ ਸਿਹਤ ਹੀ ਸਭ ਕੁਛ ਹੈ ਜੀ। ਅੱਗੇ ਜਾ ਕੇ ਤੁਸੀਂ ਨਸ਼ੇ ਕਰ ਲਓਗੇ, ਥੋੜ੍ਹੀ ਉਮਰ 'ਚ ਹੀ ਇੰਨਾ ਹੋ ਜਾਂਦਾ ਕਿ ਮੈਡੀਕਲ ਤੁਹਾਨੂੰ ਲੈਣੀ ਪੈ ਜਾਂਦੀ ਹੈ ਜੀ, ਪ੍ਰੋਬਲਮਸ ਹੋ ਜਾਂਦੀਆਂ ਨੇ, ਤੁਹਾਨੂੰ ਮੈਡੀਕਲ ਅਸਿਸਟੈਂਟ ਲੈਣੀ ਪੈ ਜਾਂਦੀ ਹੈ ਜੀ। ਤੋ ਇਸ ਤੋਂ ਚੰਗਾ ਕਿ ਮਸ਼ੀਨ 'ਤੇ ਚੱਲੋ ਜੀ, ਆਪਣੇ ਪੈਰਾਂ 'ਤੇ ਚੱਲੋ, ਤੋ ਫਿਰ ਆਪਣੇ ਪੈਰਾਂ ਦਾ ਹਿਸਾਬ ਹੋਰ ਹੈ ਜੀ। ਤੁਸੀਂ ਆਪਣੇ ਪੈਰਾਂ 'ਤੇ ਚੱਲੋਗੇ ਅਤੇ ਆਪਣੇ ਪੈਰਾਂ 'ਤੇ ਖੜ੍ਹੇ ਹੋਵੋਗੇ ਅਤੇ ਵਧੀਆ ਲੱਗੋਗੇ, ਆਪਣੇ ਮਾਂ ਪਿਓ ਦਾ ਵੀ ਸਿਰ ਉੱਚਾ ਕਰੋਗੇ, ਇਸ ਲਈ ਨਸ਼ਿਆਂ ਤੋਂ ਬਚੋ। ਸ਼ਾਬਾਸ਼, ਬਹੁਤ ਵਧੀਆ ਲੱਗਾ, ਬਹੁਤ ਵਧੀਆ, ਆਲ ਦਾ ਬੈਸਟ, ਥੈਂਕ ਯੂ।